ਲਗਾਤਾਰ ਅਸੀਂ ਇਸ ਤਹਿਕੀਕ ਨੂੰ ਇਸ ਪੜਤਾਲ ਨੂੰ ਅਸੀਂ ਉਸ ਦੇ ਜਿਹੜੇ ਚਰਚਾ ਦੇ ਸੰਦਰਭ ਦੇ ਵਿੱਚ ਵੀ ਲੋਕਾਂ ਦੇ ਦਰਮਿਆਨ ਲੈ ਕੇ ਜਾ ਰਹੇ ਹਾਂ ਲਗਾਤਾਰ ਸਾਡੇ ਸੰਪਾਦਕ ਇਸ ਵੱਡੀ ਚਰਚਾ ਦੇ ਵਿੱਚ ਸਾਡੇ ਨਾਲ ਅੱਬਨੇ ਹੋਇਆ ਜਗਦੀਪ ਜੀ ਜੇ ਦੇਖਿਆ ਜਾਵੇ ਦੁਆਬੇ ਦੇ ਵਿੱਚ ਵੀ ਕਾਂਗਰਸ ਨੂੰ ਨਮੋਸ਼ੀ ਹੈ ਔਰ ਸੁਖਪਾਲ ਖਹਿਰਾ ਜਿਹੜਾ ਕਿ ਇਸ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਰਾਸਤ ਚ ਨੇ ਉਹਨਾਂ ਦੇ ਲਈ ਇਹ ਵੱਡਾ ਉਲਟਫੇਰ ਆ ਪਲਟਤੋ ਬਿਲਕੁਲ ਨਵਜੋਤ 2017 ਚ ਕਾਂਗਰਸ ਨੂੰ ਤਈਆਂ ਵਿੱਚੋਂ ਜਿਹੜੀਆਂ 15 ਸੀਟਾਂ ਜੜੀਆਂ ਨੇ ਉਹ ਦੁਆਬੇ ਚ ਮਿਲੀਆਂ ਸੀ ਔਰ ਇੱਕ ਮੰਨਿਆ ਜਾਵੇ ਕਿ ਜਿਹੜੀ ਕਾਂਗਰਸ ਵੇਵ ਸੀ ਉਹਦਾ ਬਹੁਤ ਫਾਇਦਾ ਹੋਇਆ ਸੀ ਔਰ ਇਸ ਵਾਰ ਉਮੀਦ ਕੀਤੀ ਜਾ ਰਹੀ ਸੀ ਕਿ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਿਆ ਉਹਦਾ ਫਾਇਦਾ ਜਿਹੜਾ ਦੁਆਬੇ ਚ ਨਹੀਂ ਮਿਲੇਗਾ ਲੇਕਿਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੀ ਤਰ੍ਹਾਂ ਕਿਉਂਕਿ ਕਾਂਗਰਸ ਇਨ ਫਾਈਟਿੰਗ ਇਨੀ ਜ਼ਿਆਦਾ ਹੈ ਉਸ ਕਰਕੇ ਇਹਦਾ ਨੁਕਸਾਨ ਜਿਹੜਾ ਬਹੁਤ ਹੋਏਗਾ ਸੀ ਦੇਖਿਆ ਕਿ ਜਿਹੜੇ ਰਾਣਾ ਗੁਰਜੀਤ ਮੰਤਰੀ ਨੇ ਉਹਨਾਂ ਦੇ ਖਿਲਾਫ ਚਾਰ ਜਿਹੜੇ ਐਮ ਐਲ ਏਜ਼ ਆ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਲਿਖਿਆ ਕਿ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਕਿਉਂਕਿ ਉਹਨਾਂ ਦੇ بیٹے ਜਿਹੜੇ ਆ ਉਹ ਆਜ਼ਾਦ ਇਲੈਕਸ਼ਨ ਲੜ ਰਹੇ ਆ ਜਾ ਕੇ ਨਵਤੇਜ ਚੀਮਾ ਦੇ ਖਿਲਾਫ ਜਿਹੜੇ ਸੁਲਤਾਨਪੁਰ ਲੋਧੀ ਤੋਂ ਸੋ ਉਸ ਦਾ ਨੁਕਸਾਨ ਜਿਹੜਾ ਪਾਰਟੀ ਨੂੰ ਬਹੁਤ ਜ਼ਿਆਦਾ ਹੋ ਰਿਹਾ ਔਰ ਖਾਸ ਤੌਰ ਤੇ ਇਸ ਵਾਰ ਦੀ ਗੱਲ ਕਰੀਏ ਤੇ ਇਸ ਵਾਰ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਪਹਿਲੀ ਵਾਰ ਸ਼ਾਇਦ ਇਹਨੇ ਸੀਰੀਅਸਲੀ ਉਹਨਾਂ ਨੂੰ ਲਿਆ ਜਾ ਰਿਹਾ ਪੰਜਾਬ ਚ ਕੋ ਕਿ ਆਮ ਤੌਰ ਤੇ ਦੇਖਿਆ ਜਾਂਦਾ ਸੀ ਉਹ ਕੱਲੇ ਇਲੈਕਸ਼ਨ ਲੜਦੇ ਸੀ ਔਰ ਉਸ ਦਾ ਜਿਹੜਾ ਫਾਇਦਾ ਜਿਹੜਾ ਬਾਕੀ ਪਾਰਟੀਆਂ ਲੈ ਜਾਂਦੀਆਂ ਸੀ ਲੇਕਿਨ ਇਸ ਵਾਰ ਜਦੋਂ ਬੀਜੇਪੀ ਨਾਲ 23 ਸਾਲ ਦੀ ਜਿਹੜੀ ਜਿਹੜੀ ਇਹਨਾਂ ਦੀ ਯਾਰੀ ਸੀ ਬੀਜੇਪੀ ਔਰ ਅਕਾਲੀ ਦਲ ਦੀ ਢੀ ਟੁੱਟੀ ਸੀ ਉਸ ਦਾ ਨੁਕਸਾਨ ਜਿਹੜਾ ਖਤਮ ਕਰਨ ਦੇ ਲਈ ਉਹ ਬੀਐਸਪੀ ਨੂੰ ਜਿਹੜਾ ਲਿਆਂਦਾ ਗਿਆ ਔਰ ਬੀਐਸਪੀ ਔਰ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਮਿਲ ਕੇ ਜਿਹੜਾ ਹੈ ਉਹ ਜਿਹੜਾ ਹੈ ਉਹਦਾ ਫਾਇਦਾ ਜਿਹੜਾ ਕਾਲੀਦਨ ਨੂੰ ਚ ਮਿਲ ਸਕਦਾ ਲੇਕਿਨ ਕਾਂਗਰਸ ਲਈ ਵੱਡਾ ਨੁਕਸਾਨ ਸੁਪਾਲ ਸਿੰਘ ਖਹਿਰਾ ਕਿਉਂਕਿ ਅਸੀਂ ਦੇਖਿਆ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਵਿੱਚ ਗਏ ਤੇ ਉਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਹਰਾਇਆ ਸੀ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ ਉਸ ਤੋਂ ਬਾਅਦ ਦੁਬਾਰਾ ਉਹ ਵਾਪਸ ਆਏ ਕਾਂਗਰਸ ਦੇ ਵਿੱਚ ਸੋ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸੁਪਾਲ ਸਿੰਘ ਖਹਿਰਾ ਦੀ ਜਿਹੜੀ ਕਨਵਿਕਸ਼ਨ ਸੀ ਕਿਉਂਕਿ ਉਹਨਾਂ ਨੂੰ ਇੱਕ ਪੰਜਾਬ ਦਾ ਬੜਾ ਫਿਊਚਰ ਲੀਡਰ ਮੰਨਿਆ ਗਿਆ ਲੇਕਿਨ ਸ਼ਾਇਦ ਜਿਹੜੇ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਉਸ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਹੋ ਸਕਦਾ ਉਸ ਕਰਕੇ ਉਹਨਾਂ ਦੀ ਸੀਟ ਜਿਹੜੀ ਉਹ ਫਸੀ ਹੋਈ ਹੈ ਔਰ ਬੀਬੀ ਜਗੀਰ ਕੌਰ ਜਿਹੜੀ ਹੈ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹਾਈ ਕੋਰਟ ਤੋਂ ਜਿਹੋ ਉਹਨਾਂ ਦਾ ਕੇਸ ਸੀਗੇ ਉਸ ਦਾ ਫਾਇਦਾ ਜਿਹੜਾ ਉਹਨਾਂ ਨੂੰ ਮਿਲੂਗਾ ਗੁਰਪ੍ਰੀਤ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਿਆ ਜਾ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਪਹਿਲੇ ਦਲੀ ਚਿਹਰਾ ਬਣੇ ਔਰ ਦਲਿਤ ਕੌਨਸਨਟ੍ਰੇਸ਼ਨ ਜਿਹੜੀ ਪੋਪੂਲੇਸ਼ਨ ਹੁੰਦੀ ਆ ਉਹ ਦੁਆਬੇ ਸਭ ਤੋਂ ਜ਼ਿਆਦਾ ਔਰ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਦਲਿਤ ਪੋਪੂਲੇਸ਼ਨ ਜਿਹੜੀ ਉਹ ਪੰਜਾਬ ਦੀ ਆ ਲੇਕਿਨ ਉਹ ਦਲਿਤਾਂ ਨੂੰ ਭਾਗੀਦਾਰੀ ਨਹੀਂ ਦਿਵਾ ਪਾਈ ਸੱਤਾ ਦੇ ਵਿੱਚ ਸੋ ਲੱਗਦਾ ਕਿ ਇਸ ਵਾਰ ਜਿਹੜਾ ਕਾਂਗਰਸ ਨੂੰ ਨੁਕਸਾਨ ਇਸ ਗੱਲ ਦਾ ਹੋ ਸਕਦਾ ਔਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਫੇਸ ਅਨਾਉਂਸ ਨਹੀਂ ਕਰ ਰਹੀ ਪਾਰਟੀ ਉਸ ਦਾ ਵੀ ਮੈਨੂੰ ਲੱਗਦਾ ਕਿ ਨੁਕਸਾਨ ਜਿਹੜਾ ਹੈ ਉਹ ਕਾਂਗਰਸ ਨੂੰ ਉਠਾਣਾ ਪੈ ਸਕਦਾ ਕਹਿ ਰਹੇ ਹਾਂ ਜਗਦੀਪ ਜੀ ਕਿ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਹ ਇੱਕ 트ਰੇਜੇਡੀ ਹੈ ਆਪਣੇ ਆਪ ਦੇ ਵਿੱਚ ਉਹ ਦੁਆਬਾ ਜਿੱਥੋਂ ਕਾਂਸ਼ੀਰਾਮ ਆਉਂਦੇ ਨੇ ਉਹ ਦੁਆਬਾ ਜਿੱਥੇ ਦਲਿਤ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਹੈ ਜਿਸ ਨੇ ਦਲਿਤ ਜਾਗਰੂਕਤਾ ਦੀ ਇੱਕ ਲਹਿਰ ਪੈਦਾ ਕੀਤੀ ਪੂਰੇ ਮੁਲਕ ਦੇ ਵਿੱਚ ਕਾਂਸ਼ੀਰਾਮ ਨੇ ਉਸ ਦੁਆਬੇ ਦੇ ਵਿੱਚ ਹਾਲੇ ਤੱਕ ਮਤਲਬ ਉੱਥੇ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਦਲੇਦਾਂ ਦੀ ਪਰ ਇਹ ਪੰਜਾਬ ਦੀ ਟ੍ਰੇਜੇਡੀ ਹੈ ਜੇ ਦਲਿਤਾਂ ਦੇ ਪੁਆਇੰਟ ਆਫ View ਤੋਂ ਦਲਿਤ ਪੁਆਇੰਟ ਆਫ View ਤੋਂ ਭੋਜਨ ਪੁਆਇੰਟ ਆਫ View ਤੋਂ ਸੋਚਿਆ ਜਾਏ ਤਾਂ ਇਹ ਪੰਜਾਬ ਦੀ ਟ੍ਰੇਜੇਡੀ ਹੈ ਕਿ ਹਿਸਾਬ ਨਾਲ ਕਿ ਜਿੱਥੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੋਏ ਉੱਥੇ ਹਾਲੇ ਤੱਕ ਕੋ ਸਰਕਾਰ ਫਾਰਮ ਨਾ ਕਰ ਸਕੇ ਹੁਣ ਜਾਂ ਫਿਰ ਉਹਨਾਂ ਦੀ ਸਰਕਾਰ ਦੇ ਵਿੱਚ ਭਾਗੀਦਾਰੀ ਉਹਨੀ ਮਜ਼ਬੂਤ ਨਾ ਹੋਈ ਹੋਵੇ ਪਰ ਮੇਰਾ ਖਿਆਲ ਹੈ ਇਸ ਵਾਰ ਜਿਹੜਾ ਆਪਣੇ opinion poll ਦੇ ਵਿੱਚ ਰਿਫਲੈਕਟ ਹੋ ਰਿਹਾ ਹੈ ਤੁਹਾਨੂੰ ਵੀ ਸ਼ਾਇਦ ਇਹ ਲੱਗ ਰਿਹਾ ਹੋਣਾ ਕਿ ਦਲਿਤ ਪੋਪੂਲੇਸ਼ਨ ਕਰਕੇ ਜਿਹੜਾ ਦੁਆਬਾ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋ ਰਿਹਾ ਬੀਐਸਪੀ ਦੇ ਨਾਲ ਤਾਂ ਉਹਦਾ ਸਿੱਧਾ ਅਕਾਲੀ ਦਲ ਦੇ ਮਜ਼ਬੂਤ ਹੋਣ ਦਾ ਸਿੱਧਾ ਮਤਲਬ ਇਹ ਹੈ ਕਿ ਬੀਐਸਪੀ ਦੇ ਨਾਲ ਜਿਹੜੀ ਉਹਦੀ ਰਵਾਇਤੀ ਵੋਟ ਬੈਂਕ ਹੈ ਦਲਿਤ ਵੋਟ ਬੈਂਕ ਜਿਹੜਾ ਪਹਿਲਾਂ ਇਸ ਕਰਕੇ ਖਿੰਡ ਪੁੰਡ ਜਾਂਦਾ ਸੀਗਾ ਕਿਉਂਕਿ ਬੀਐਸਪੀ ਇਕੱਲੀ ਲੜਦੀ ਸੀ ਪਰ ਇਸ ਵਾਰ ਉਹਨੂੰ ਇੱਕ ਸਟਰੋਂਗ ਪਾਰਟੀ ਦਾ ਨਾਲ ਸਾਥ ਵੀ ਹੈ ਇਸ ਕਰਕੇ ਸ਼ਾਇਦ ਜਿਹੜਾ ਦਲਿਤ ਵੋਟ ਹੈ ਉਹ ਸ਼ਾਇਦ ਟਰਨ ਹੋਊਗਾ ਉਹ ਸ਼ਾਇਦ ਮੂਵ ਹੋਊਗਾ ਬਸਪਾ ਦੇ ਆਲੀ ਤੇ ਉਹਦਾ ਅਲਟੀਮੇਟ ਫਾਇਦਾ ਜਿਹੜਾ ਉਹ ਅਕਾਲੀ ਦਲ ਨੂੰ ਹੋਊਗਾ ਪਰ ਗੁਰਪ੍ਰੀਤ ਮਤਲਬ ਰੋਕਣਾ ਚਾਹਵਾਂਗਾ ਇੱਕ ਇਹ ਵੀ ਕਿਆਸਰ ਆਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਆਦਮਪੁਰ ਤੋਂ ਇਲੈਕਸ਼ਨ ਲੜ ਸਕਦੇ ਆ ਲੇਕਿਨ ਉੱਥੇ ਵੀ ਜਿਹੜੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀ ਉਹਨਾਂ ਦਾ ਕਿਹਾ ਸੀ ਕਿ ਨਹੀਂ ਅਜਿਹਾ ਨਹੀਂ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬਾਰ-ਬਾਰ ਇੱਕ ਸਵਾਲ ਉੱਠ ਰਹੇ ਨੇ ਕਿਉਂਕਿ ਕਾਂਗਰਸ ਜਿਹੜੀ ਹੈ ਬਹੁਤ ਹੀ ਜ਼ਿਆਦਾ ਕਾਂਗਰਸ ਨੇ ਫੁੱਟ ਦਾ ਸ਼ਿਕਾਰ ਹੋਈ ਪਈ ਹੈ ਸੋ ਅਗਰ ਚਰਨਜੀਤ ਸਿੰਘ ਚੰਨੀ ਆਦਮਪੁਰ ਤੋਂ ਇਲੈਕਸ਼ਨ ਲੜਦੇ ਤੇ ਉਸ ਦਾ ਫਾਇਦਾ ਜਿਹੜਾ ਜਿੰਨੀਆਂ ਵੀ ਉੱਥੇ ਦੀਆਂ ਆਸ-ਪਾਸ ਦੀਆਂ ਸੀਟਾਂ ਐ ਉੱਥੇ ਵੀ ਸ਼ਾਇਦ ਵੋਟਰਾਂ ਨੂੰ ਉਤਸ਼ਾਹ ਮਿਲਦਾ ਤੇ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਲੜਾਣਾ ਚਾਹੀਦਾ ਸੀ ਆਦਮਪੁਰ ਤੋਂ ਬਿਲਕੁਲ ਇਹ ਤੁਸੀਂ ਐਗਜ਼ੈਕਟ ਪੁਆਇੰਟ ਉਠਾਇਆ ਇਹ ਇਹ ਫਾਇਦਾ ਹੋ ਸਕਦਾ ਸੀਗਾ ਜੇ ਚੰਨੀ ਆਦਮਪੁਰ ਪਹੁੰਚਦੇ ਔਰ ਕਿਉਂਕਿ ਇੱਕ ਵੱਡਾ ਦਲੇ ਚਿਹਰਾ ਬਣ ਚੁੱਕੇ ਨੇ ਹੁਣ ਚਰਨਜੀਤ ਸਿੰਘ ਚੰਨੀ ਤਾਂ ਆਲੇ ਦੁਆਲੇ ਦੀਆਂ ਸੀਟਾਂ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਰੂਰ ਪੈਣਾ ਸੀਗਾ ਪਰ ਤੁਸੀਂ ਕੀ ਸੋਚਦੇ ਹੋ ਇਸ ਮਾਮਲੇ 'ਚ ਕਿ ਪਾਰਟੀ ਦੀ ਜਿਹੜੀ ਇਨ ਫਾਈਟਿੰਗ ਆ ਉਹਦੇ ਕਰਕੇ ਇਸ ਤਰ੍ਹਾਂ ਦੇ ਡਿਸੀਜਨਸ ਨਹੀਂ ਹੋ ਪਾਰੇਗੇ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਤੋਂ ਸਿੱਧਾ ਹੀ ਡਿਨਾਈ ਕਰਤਾ ਵੀ ਇਹ ਤਾਂ ਹੋਣਾ ਹੀ ਨਹੀਂ ਚਾਹੀਦਾਗਾ ਜੇ ਇਹ ਹੁੰਦਾ ਤਾਂ ਸ਼ਾਇਦ ਮੈਂ ਤੁਹਾਡੀ ਗੱਲ ਨੂੰ ਸੈਕਿੰਡ ਕਰਦਾ ਕਿ ਇਹਦਾ ਫਾਇਦਾ ਜ਼ਰੂਰ ਹੁੰਦਾ ਇਸ ਚੀਜ਼ ਨੂੰ ਪਰ ਕੀ ਪਾਰਟੀ ਦੇ ਵਿੱਚ ਜਿਹੜੀ ਇਨਫਾਈਟਿੰਗ ਹੈ ਉਹਦਾ ਕਰਕੇ ਇਹ ਜਿਹੇ ਡਿਸੀਜਨ ਨਹੀਂ ਹੋ پا ਰਹੇ ਔਰ 2012 ਦੇ ਵਿੱਚ ਜਿਵੇਂ ਅਸੀਂ ਦੇਖਿਆ ਸੀ ਕਿ ਕਾਂਗਰਸ ਆਪਸ ਵਿੱਚ ਲੜ ਕੇ ਖਤਮ ਹੋ ਗਈ ਸੀ ਸਰਕਾਰ ਬਣਾਉਂਦੇ ਬਣਾਉਂਦੇ ਰਹਿ ਗਈ ਸੀ ਸਿਰਫ 2-4% ਦਾ ਜਿਹੜਾ ਫਰਕ ਰਹਿ ਗਿਆ ਸੀ ਸ਼ੇਅਰ ਦੇ ਵਿੱਚ ਤੇ ਇਸ ਵਾਰ ਵੀ ਉਹੀ ਦਿਖ ਰਿਹਾ ਇਨਫਾਈਟਿੰਗ ਕਰਕੇ ਸਰਪ੍ਰੇ ਬਿਲਕੁਲ ਨਵਜੋਤ ਸਿੰਘ ਸਿੱਧੂ ਨੇ ਸਵਾਲ ਉਠਾਇਆ ਸੀ ਕਿ ਇੱਕ ਕੈਂਡੀਡੇਟ ਜਿਹੜਾ ਦੋ ਜਗ੍ਹਾ ਤੋਂ ਇਲੈਕਸ਼ਨ ਕਿਉਂ ਲੜ ਸਕਦੇ ਆ ਲੇਕਿਨ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੂੰਗਾ ਪਿਛਲੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਰਾਹੁਲ ਗਾਂਧੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਯੂਪੀ ਦੇ ਵਿੱਚ ਮੇਠੀ ਦੇ ਵਿੱਚ ਉਹ ਹਾਰ ਸਕਦੇ ਆ ਤੇ ਸੋ ਉਹਨਾਂ ਨੇ ਕੇਰਲਾ ਜਾ ਕੇ ਉਹਨਾਂ ਨੇ ਉੱਥੇ ਇਲੈਕਸ਼ਨ ਲੜੀ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਂਗਰਸ ਜਿਹੜੀ ਹੈ ਕਿਉਂਕਿ ਮੈਂ ਅਕਸਰ ਕਹਿੰਦਾ ਜਿਹੜੀ ਕਾਂਗਰਸ ਜਿਹੜੀ ਆ ਉਹ ਕਨਫਿਊਜ਼ ਪਾਰਟੀ ਬਣ ਕੇ ਰਹਿ ਗਈ ਹੈ ਕਿਉਂਕਿ ਇੱਕ ਸਭ ਤੋਂ ਸਕਸੈਸਫੁਲ ਮੁੱਖ ਮੰਤਰੀ ਜਿਹੜੇ ਸੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੰਨੇ ਜਾਂਦੇ ਸੀ ਉਹਨਾਂ ਦੇ ਚਿਹਰੇ ਤੇ ਪਾਰਟੀ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ ਸੀ ਲੇਕਿਨ ਉਹਨਾਂ ਨੂੰ ਰਾਤੋਂ ਰਾਤ ਸੱਤਾ ਤੋਂ ਲਾਣਾ ਉਦੇ ਬਾਅਦ ਕਾਂਗਰਸ ਦੀ ਇਨ ਫਾਈਟਿੰਗ ਹੋਣਾ ਜੇ ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਕੰਮ ਕੀਤੇ 111 ਦਿਨ ਦੇ ਵਿੱਚ ਆਪਾਂ ਈਡੀ ਦੀ ਰੇਡ ਨੂੰ ਛੱਡ ਦਿੱਤੀ ਕਿਉਂਕਿ ਉਹਦੇ ਵਿੱਚੋਂ ਕੀ ਨਿਕਲੇਗਾ ਉਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਬੜੇ ਸਾਦਗੀ ਨਾਲ ਜਾ ਕੇ ਪੰਜਾਬ ਦੇ ਵਿੱਚ ਲੋਕਾਂ ਦੇ ਮਨ ਤੇ ਇੱਕ ਬੜੀ ਇਛਾਤ ਛੱਡੀ ਸੀ ਲੇਕਿਨ ਉਹਨਾਂ ਦੇ ਪਾਰਟੀ ਪ੍ਰਧਾਨ ਹਰ ਵੇਲੇ ਹਰ ਵਕਤ ਉਹਨਾਂ ਨੂੰ ਕਿਤੇ ਨਾ ਕਿਤੇ ਪੀਪੀ ਲਾਣ ਨੂੰ ਫਿਰਦੇ ਸੀ ਕਿ ਕਿਤੇ ਚਰਨਜੀਤ ਸਿੰਘ ਚੰਨੀ ਮਕਬੂਲ ਨਾ ਹੋ ਜਾਣ ਔਰ ਸਾਡੇ opinion poll ਚ ਬੜੀ ਕਲੈਰਿਟੀ ਨਾਲ ਇੱਕ ਚੀਜ਼ ਜਿਹੜੀ ਹੈ ਉਹ ਸਾਫ਼ ਆਈ ਹੈ ਕਿ ਅੱਜ ਪੰਜਾਬ ਦੇ ਵਿੱਚ ਅੱਜ ਦੇ ਤਰੀਕ ਚ ਇਲੈਕਸ਼ਨ ਹੁੰਦੀ ਆ ਰੇ ਚਰਨਜੀਤ ਸਿੰਘ ਚੰਨੀ ਪੰਜਾਬ ਚ ਸਭ ਤੋਂ ਵੱਡਾ ਚਿਹਰਾ ਨੇ ਕਿਉਂਕਿ ਲੋਕਾਂ ਨੂੰ ਉਹਨਾਂ ਦਾ ਅੰਦਾਜ਼ ਪਸੰਦ ਆਇਆ ਲੇਕਿਨ ਸਮਝ ਤੋਂ ਬਾਹਰ ਹੈ ਕਿ ਜਿਹੜੀ ਕਾਂਗਰਸ ਕਹਿੰਦੀ ਹੈ ਯੂਪੀ ਦੇ ਵਿੱਚ 40% ਵੋਟ ਜਿਹੜੀਆਂ ਸੀਟਾਂ ਨੇ ਅਸੀਂ ਮਹਿਲਾਵਾਂ ਨੂੰ ਦੇਵਾਂਗੇ ਉਹ ਪੰਜਾਬ ਚ ਜਿਹੜੇ ਰੂਲ ਬਦਲ ਜਾਂਦੇ ਆ ਸੋ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਕਨਫਿਊਜ਼ਨ ਹੈ ਉਹ ਲਗਾਤਾਰ ਵੱਧ ਰਹੀ ਹੈ ਹਸਨਾ ਤੇ ਉਸੇ ਦਾ ਨੁਕਸਾਨ ਜਿਹੜਾ ਪੰਜਾਬ ਚ ਕਾਂਗਰਸ ਨੂੰ ਦੇਖਣਾ ਪੈ ਰਿਹਾ ਔਰ ਅਗਰ ਆਮ ਆਦਮੀ ਪਾਰਟੀ ਜਿਹੜੀ ਕਿ ਪਹਿਲੀ ਵਾਰ ਪਿਛਲੀ ਵਾਰ ਇਲੈਕਸ਼ਨ ਲੜੀ ਸੀ ਉਹ ਦੂਜੇ ਨੰਬਰ ਤੇ ਜਿਹੜੀ ਪੰਜਾਬ ਚ ਰਹੀ ਸੀ ਅਗਰ ਉਹ ਇੱਕ ਜਿਹੜੀ ਕਾਂਗਰਸ ਦੀ ਥਾਂ ਜਿਹੜੀ ਹੈ ਉਹ ਅਗਰ ਲੈਨ ਚ ਸਫਲ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੀ ਉਹੀ ਹਾਲ ਦੇਖਣਾ ਪਏਗਾ ਜੋ ਵੈਸਟ ਬੰਗਾਲ ਚ ਹੋਇਆ ਜਾਂ ਮਹਾਰਾਸ਼ਟra ਚ ਹੋਇਆ ਜਿੱਥੇ ਸ਼ਰਦ ਪੌਰ ਵਰਗੇ ਨੇਤਾ ਨੇ ਉਹਨਾਂ ਨੂੰ ਰਿਪਲੇਸ ਕਰਤਾ ਸੋ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਦੀ ਜਿਹੜੀ ਹੈ ਅੰਦਰੂਨੀ ਫੁੱਟ ਤੇ ਇਨਡਿਸਪਲਨ ਹੈ ਉਸ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਔਰ ਦੁਆਬੇ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਨੇਤਾ ਜਿਹੜੇ ਆ ਉਹ ਆਪਸ ਚ ਲੜਦੇ ਰਹਿਣਗੇ ਤੇ ਸ਼ਾਇਦ ਉਸ ਦਾ ਫਾਇਦਾ ਜਿਹੜਾ ਉਹ ਬਾਕੀ ਪਾਰਟੀਆਂ ਲੈ ਜਾਣ ਦੀ ਮੀ ਜੇ ਆਪਾਂ ਜਿੰਦਗੀ ਦੀ ਇੱਕ ਚੀਜ਼ ਦੇਖੀਏ ਜਿਹੜਾ opinion poll ਦੇ ਵਿੱਚ ਆਪਣੇ ਦਰਸ਼ਕਾਂ ਨੂੰ ਵੀ ਦੱਸਦੀ ਇੱਕ ਵਾਰ ਦੁਬਾਰਾ ਤਾਂ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਸਭ ਤੋਂ ਮਕਬੂਲ ਚਿਹਰਾ 31% ਦੀ ਵੋਟਾਂ ਦੇ ਨਾਲ ਅਸੀਂ 12 ਲੱਖ ਸੈਂਪਲ ਸਾਈਜ਼ ਲਿਆ ਸੀ ਤਾਂ ਉਹਨਾਂ ਲੋਕਾਂ ਦੇ ਵਿੱਚੋਂ ਜੋ ਅਸੀਂ رائے ਸਾਨੂੰ ਮਿਲੀ ਹੈ ਉਹਨਾਂ ਦੇ ਵਿੱਚੋਂ 31% ਦੀ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਭ ਤੋਂ ਮਕਬੂਲ ਸਭ ਤੋਂ ਮਸ਼ਹੂਰ ਚਿਹਰਾ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਮੰਨਿਆ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਅੰਦਰੂਨੀ ਰਾਈਵਲ ਨੇ ਪਰ 4% ਦੀ ਲੋਕ ਪਸੰਦ ਕਰਦੇ ਨੇ ਹੁਣ ਇਹਦੇ ਚੋਂ ਜਗਦੀਪ ਜੀ ਮੈਂ ਇੱਕ ਇੱਕ ਚੀਜ਼ ਜ਼ਰੂਰ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਸਮਝਾਉਣੀ ਚਾਹਾਂਗੇ ਜੇ ਸਾਡੇ ਪੋਲ ਦੇ ਵਿੱਚ ਸਾਡੇ ਸਰਵੇਖਣ ਸਰਵੇ ਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ 31% ਦੀ ਲੋਕ ਚਰਨਜੀਤ ਸਿੰਘ ਚੰਨੀ ਨੂੰ ਪਸੰਦ ਕਰ ਰਹੇ ਹੈ ਨਵਜੋਤ ਸਿੰਘ ਸਿੱਧੂ ਦੀ ਮਕਬੂਲੀਅਤ 4% ਦੀ ਹੈ ਤਾਂ ਪਾਰਟੀ ਨੇ ਕਾਂਗਰਸ ਨੇ ਜਿਹੜੇ ਆਪਣੇ ਸਰਵੇ ਕਰਾਏ ਹੈ ਉਹਨਾਂ ਦੇ ਵਿੱਚ ਵੀ ਇਹ ਗੱਲ ਉਹਨਾਂ ਕੋਲ ਸਾਹਮਣੇ ਆ ਗਈ ਹੋਣੀ ਹੈ ਉਹ ਯੋਰ ਹੋਣੇ ਹੈ ਕਿ ਕੌਣ ਸਾਡਾ ਚਿਹਰਾ ਹੈ ਜਿਹੜਾ ਉਹ ਮਕਬੂਲ ਹੈ ਤਾਂ ਫਿਰ ਪਾਰਟੀ ਸੀਐਮ ਫੇਸ ਅਨਾਉਂਸ ਨਾ ਕਰਕੇ ਇਹ ਰਿਸਕ ਕਿਉਂ ਲੈਣ ਜਾ ਰਹੀ ਹੈ ਇਹ ਸਮਝ ਤੋਂ ਬਾਹਰ ਹੈ ਦੇਖੋ ਗੁਰਪ੍ਰੀਤ ਗੁਰਪ੍ਰੀਤ ਕਾਂਗਰਸ ਅਚਰ ਅਟੈਕ ਕਰਦੀ ਸੀ ਆਮ ਆਦਮੀ ਪਾਰਟੀ ਦੇ ਕਿ ਉਹਨਾਂ ਕੋਲ ਚਿਹਰਾ ਨਹੀਂ ਹੈ ਸੋ ਆਮ ਆਦਮੀ ਪਾਰਟੀ ਨੇ ਚਿਹਰਾ ਦਿੱਤਾ ਲੇਕਿਨ ਕਾਂਗਰਸ ਦੀ ਮਜਬੂਰੀ ਹੈ ਨਵਜੋਤ ਸਿੰਘ ਸਿੱਧੂ ਨਾ ਉਹ ਪਾਰਟੀ ਚ ਰਹਿ ਸਕਦੇ ਨਾ ਉਹ ਪਾਰਟੀ ਤੋਂ ਬਾਹਰ ਜਾ ਸਕਦੇ ਮੈਂ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਓਪਨਿੰਗ ਬੈਟਸਮੈਨ ਬਣ ਕੇ ਖੇਡਦੇ ਰਹੇ ਆ ਇੰਗਲੈਂਡ ਚ ਅਸੀਂ ਦੇਖਿਆ ਕਿ ਕਈ ਸਾਲ ਪਹਿਲਾਂ ਜਦੋਂ ਉਹਨਾਂ ਦੀ ਬੈਟਿੰਗ ਆਰਡਰ ਨੂੰ ਟਿੰਕਰ ਕੀਤਾ ਗਿਆ ਮੁਹੰਮਦ ਅਜ਼ਰੁਦੀਨ ਉਹ ਤਾਂ ਕੈਪਟਨਸੀ ਤੇ ਉਹਨਾਂ ਨੇ ਦੌਰਾਂ ਵਿੱਚ ਛੱਡ ਕੇ ਵਾਪਸ ਆ ਗਏ ਸੀ ਸੋ ਅਗਰ ਉਹਨਾਂ ਨੂੰ ਨਾਊਂਸ ਕਰਦੇ ਆ ਕਿ ਕਾਂਗਰਸ ਉਹ ਰਿਸਕ ਲੈਣ ਨੂੰ ਤਿਆਰ ਹੈ ਕਿ ਨਵਜੋਤ ਸਿੰਘ ਸਿੱਧੂ ਘਰ ਬਹਿ ਜਾਣਗੇ ਕਿਉਂਕਿ ਅਗਰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਅਗਰ ਚਰਨਜੀਤ ਸਿੰਘ ਚੰਨਈ ਨੂੰ ਚੁਣੌਤੀ ਦੇ ਕੇ ਇੱਕ ਉਹਨਾਂ ਨੂੰ ਚਿਹਰਾ ਬਣਾ ਦੇਂਦਾ ਪਾਰਟੀ ਦਾ ਮੈਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਇਹਨੂੰ ਐਕਸੈਪਟ ਕਰਨਗੇ ਉਹ ਬਾਰ-ਬਾਰ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਲੇਕਿਨ ਸ਼ਾਇਦ ਉਹਨਾਂ ਦੀ ਬਾਜ਼ੁਬਾਨੀ ਔਰ ਜੋ ਉਹਨਾਂ ਦੀ ਇੱਕ ਗੈਰ-ਰਾਜਨੀਤਿਕ ਜਿਹੜੀ ਲੈਂਗੁਏਜ ਮੈਂ ਬਾਰ-ਬਾਰ ਇਹ ਕਹਿੰਦਾ ਕਿਉਂਕਿ ਰਾਜਨੀਤਿਕ ਮਰਿਆਦਾ ਵਿੱਚ ਸ਼ਬਦਾਂ ਦੀ ਇੱਕ ਬੜੀ ਅਹਿਮੀਅਤ ਹੁੰਦੀ ਹੈ ਔਰ ਅਸੀਂ ਦੇਖਿਆ ਕਿ ਉਹ ਜਿਹਨਾਂ ਬੋਲਦੇ ਆ ਵੱਡੇ ਛੋਟੇ ਦਾ ਲਿਆਜ ਨਹੀਂ ਕਰਦੇ ਔਰ ਉਸ ਦਾ ਨੁਕਸਾਨ ਉਹਨਾਂ ਨੂੰ ਦਿਖ ਰਿਹਾ ਸਿਰਫ 5.2 ਫੀਸਦੀ ਲੋਕ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ 'ਚ ਪਸੰਦ ਕਰ ਰਹੇ ਆ ਔਰ ਉਹਨਾਂ ਤੋਂ ਦਿਲਚਸਪ ਗੱਲ ਇਹ ਆ ਕਿ ਕੈਪਟਨ ਅਵਿੰਦਰ ਸਿੰਘ ਜਿਨ੍ਹਾਂ ਕੋ ਪਾਰਟੀ ਪਲੇਟਫਾਰਮ ਨਹੀਂ ਆ ਨਵੀਂ ਪਾਰਟੀ ਆ ਉਹਨਾਂ ਦੀ ਔਰ ਭਾਜਪਾ ਵਰਗੀ ਪਾਰਟੀ ਆ ਸਾਜ ਭਾਜਪਾ ਉਹ ਪਾਰਟੀ ਜਿਹਨੂੰ ਪੰਜਾਬ 'ਚ ਲੋਕ ਪਸੰਦ ਹੀ ਨਹੀਂ ਕਰ ਰਹੇ ਸੀ ਉਸ ਪਾਰਟੀ ਦੇ ਸਾਥ ਦੇ باوجود ਕੈਪਟਨ ਅਮਰਿੰਦਰ ਸਿੰਘ ਦੀ ਮਕਬੂਲੀਅਤ ਨਵਜੋਤ ਸਿੰਘ ਸਿੱਧੂ ਤੋਂ ਜ਼ਿਆਦਾ ਦਿਖ ਰਹੀ ਹੈ ਸਾਡੇ ਓਪੀਨੀਅਨ ਪੋਲ ਨੂੰ ਅਗਰ ਸਹੀ ਮੰਨੀਏ ਸੋ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਗੱਲਾਂ ਬਹੁਤ ਵਧੀਆ ਕਰਦੇ ਨੇ ਲੇਕਿਨ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹੈ ਇਜ਼ ਅ ਬੈਡ ਲਿਸਨਰ ਉਹ ਆਪਣੀ ਲੋਚਨਾ ਸੁਣਨਾ ਨਹੀਂ ਚਾਹਦੇ ਉਹਨਾਂ ਨੂੰ ਲੱਗਦਾ ਹੈ ਜੋ ਬੋਲ ਰਹੇ ਆ ਉਹ ਹੀ ਰੱਬੀ ਬਾਣੀ ਆ ਉਹ ਹੀ ਸੱਚ ਆ ਪੰਜਾਬ 'ਚ ਲੇਕਿਨ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਇਤਿਫਾਕ ਨਹੀਂ ਰੱਖਦੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈ ਰਹੇ ਚਰਨਜੀਤ ਸਿੰਘ ਚੰਨੀ ਵਰਗਾ ਇੱਕ ਨਵਾਂ ਇੱਕ ਜਿਹੜਾ ਹੈ ਕਿਰਦਾਰ ਆਂਦਾ ਹੈ ਪੰਜਾਬ ਦੇ ਵਿੱਚ ਨਵਾਂ ਇੱਕ ਪਲੇਅਰ ਇੰਟਰੋਡਿਊਸ ਕਰਦੀ ਹੈ ਕਾਂਗਰਸ ਐਕਸਪੈਰੀਮੈਂਟ ਕਰਦੀ ਹੈ ਔਰ 111 ਦਿਨਾਂ ਦੇ ਵਿੱਚ ਉਹ ਸਭ ਜਿਨ੍ਹਾਂ ਵੀ ਪੰਜਾਬ ਦੇ ਵੱਡੇ ਵੱਡੇ ਲੀਡਰ ਹੈ ਸੁਖਵੀਰ ਸਿੰਘ ਬਾਦਲ ਸ਼ਰਮਨਦੀ ਕਾਲੀ ਦਲ ਤੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਰਿਪਲੇਸ ਕਰ ਦਿੰਦੇ ਔਰ ਭਗਵੰਤ ਮਾਨ ਨੂੰ ਉਹਨਾਂ ਤੋਂ ਵੀ ਵੱਡਾ ਚਿਹਰਾ ਉਹ ਚਰਨਜੀਤ ਸਿੰਘ ਚੰਨੀ ਨੂੰ ਮੰਨਦੇ ਆ ਸੋ ਪਾਰਟੀ ਹਾਈ ਕਮਾਂਡ ਦੀ ਕੀ ਮਜਬੂਰੀ ਹੈ ਕਿ ਕੀ ਉਹ ਅੱਜ ਵੀ ਨਵਜੋਤ ਸਿੰਘ ਸਿੱਧੂ ਨੂੰ ਤਰਜੀਹ ਦੇ ਰਹੇ ਨੇ ਕਿਉਂ ਨਹੀਂ ਉਹ ਪਾਰਟੀ ਅਨਾਉਂਸ ਕਰਦੇ ਔਰ ਨਵਜੋਤ ਸਿੰਘ ਸਿੱਧੂ ਵੀ ਬਾਰ ਬਾਰੇ ਕਹਿ ਚੁਕੇ ਆ ਕਿ ਪਾਰਟੀ ਨੂੰ ਇੱਕ ਚਿਹਰਾ ਜਿਹੜਾ ਉਹ ਅਨਾਉਂਸ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਕਾਂਗਰਸ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਜਦ ਵੀ ਚਿਹਰੇ ਤੋਂ ਵਿੜਾ ਗਈ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਸੋ ਸਾਡਾ opinion poll ਚਾਹੇ ਉਹਨੂੰ ਕਾਂਗਰਸ ਨੂੰ ਇੱਕ ਵੱਡੇ ਸਭ ਤੋਂ ਵੱਡੀ ਧਿਰ ਮੰਨ ਰਿਹਾ ਲੇਕਿਨ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਹੋਰ ਪਾਰਟੀ ਪੋਜੀਸ਼ਨ ਚੇਂਜ ਹੋਊਗੀ ਕਿਉਂਕਿ ਪਲੱਸ ਮਾਈਨਸ 4% ਦਾ ਵਾਰਜਨ ਆਇਆ ਤੇ ਮੈਨੂੰ ਲੱਗਦਾ ਨੁਕਸਾਨ ਕਾਂਗਰਸ ਦਾ ਹੋਰ ਵੀ ਜ਼ਿਆਦਾ ਹੋਊਗਾ ਇਹ ਕਾਂਗਰਸ ਇਕਜੁੱਟ ਨਹੀਂ ਰਹੀ ਉਕੇ ਬਾਕੀ ਪਾਰਟੀਆਂ ਚ ਇੱਕ ਚੀਜ਼ ਦੇਖੀ ਗਏ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਉਮੀਦਵਾਰ 6 ਮਹੀਨੇ ਤੋਂ ਜ਼ਿਆਦਾ ਵਕਤ ਹੋ ਗਿਆ ਉਹਨਾਂ ਨੇ ਡਿਕਲੇਅਰ ਕਰਤੇ ਔਰ ਪਾਰਟੀ ਚ ਡਿਸਪਲਨ ਨਹੀਂ ਸੀਗਾ ਕਿ ਇੱਕ ਦੋ ਸੀਟਾਂ ਨੂੰ ਛੱਡ ਕੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਪਾਰਟੀ ਦੇ ਉੱਪਰ ਲੇਕਿਨ ਕਾਂਗਰਸ ਦੀਆਂ ਜਿਹੜੀਆਂ ਬਾਕੀ ਸੀਟਾਂ ਨੇ 30 ਤੋਂ ਜ਼ਿਆਦਾ ਸੀਟਾਂ ਨੇ ਹੋ ਜੇ ਨਾਊਂਸ ਹੋਣੀ ਹੈ ਉਸ ਤੋਂ ਬਾਅਦ ਪਾਰਟੀ ਦੀ ਜਿਹੜੀ ਲੜਾਈ ਹੋਰ ਤੇਜ਼ ਹੋਣੀ ਹੈ ਔਰ ਕਿੰਨੇ ਲੋਕ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਔਰ ਭਾਜਪਾ ਕੋਲ ਜਾਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਤੇ ਔਰ ਉਸ ਦਾ ਨੁਕਸਾਨ ਜਿਹੜਾ ਹੈ ਜ਼ਰੂਰ ਜਿਹੜਾ ਕਾਂਗਰਸ ਨੂੰ ਠਾਣਾ ਪੈਗਾ ਲੇਕਿਨ ਚਿਹਰਾ ਪਾਰਟੀ ਦਾ ਜਿਹੜਾ ਪਾਰਟੀ ਨਹੀਂ ਦੇਗੀ ਉਸ ਦਾ ਨੁਕਸਾਨ ਵੀ ਕਾਂਗਰਸ ਨੂੰ ਗੁਰਪ੍ਰੀਤ ਉਠਾਣਾ ਹੀ ਪੈਣਾ। ਬਿਲਕੁਲ ਸੱਦੂ ਜੀ ਲਗਾਤਾਰ ਦੁਆਬੇ ਦੇ ਉੱਤੇ ਅਸੀਂ ਗੱਲ ਕਰ ਰਹੇ ਸੀ ਦੁਆਬੇ ਦੇ ਵਿੱਚ ਵੀ ਐਜ਼ ਅ ਸੀਐਮ ਫੇਸ ਚਰਨਜੀਤ ਚੰਨੀ ਨੂੰ ਲੋਕੀ ਪਸੰਦ ਕਰ ਰਹੇ ਨੇ ਭਗਵੰਤ ਮਾਨ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੁਝਾਨ ਰਹਿਣਗੇ opinion poll ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ।